ਜਦੋਂ ਅਸੀਂ ਬਿਮਾਰੀ ਨੂੰ ਆਪਣੇ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਨੇਚਰਲ ਹੈ ਕਿ ਹੈਲਥੀ ਪ੍ਰੋਮੋਸ਼ਨ ਹੁੰਦੀ ਹੈ ਸਿਹਤ ਪ੍ਰੋਮੋਟ ਹੋਏਗੀ ਤਾਂ ਹੀ ਬਿਮਾਰੀ ਦੂਰ ਰਹੇਗੀ ਬਿਮਾਰੀ ਦੂਰ ਰਹੇਗੀ ਤਾਂ ਸਿਹਤ ਆਪਣੇ ਆਪ ਪ੍ਰੋਮੋਟ ਹੋਏਗੀ ਤੇ ਦੋਸਤੋ ਇਹੀ ਸਾਡੀ ਸਪੈਸ਼ਲਾਈਜੇਸ਼ਨ ਹੈ ਥਰੂ ਡਾਈਟ ਥਰੂ ਲਾਈਫਸਟਾਈਲ ਚੇਂजेस ਥਰੂ ਮਿਨਿਮਲ ਮੈਡੀਕੇਸ਼ਨ ਘਟੋਕਟ ਬਿਮਾਰੀ ਨੂੰ ਠੀਕ ਕਰਨ ਦੀ ਸਾਨੂੰ ਲੋੜ ਪਵੇ ਬਿਮਾਰੀ ਸਾਡੇ ਤੋਂ ਦੂਰ ਰਹੇ ਔਰ ਘਟੋਕਟ ਸਾਨੂੰ ਦਵਾਈ ਦੀ ਲੋੜ ਪਵੇ ਕਿਉਂਕਿ ਦਵਾਈ ਦਾ ਵੀ ਇੱਕ ਫਾਈਨੈਂਸ਼ੀਅਲ ਲੋਡ ਹੈ ਇੱਕ ਪਿਲ ਲੋਡ ਅਸੀਂ ਕਹਿੰਦੇ ਆ ਦਵਾਈਆਂ ਖਾਣਾ ਵੀ ਇੱਕ ਲੋਡ ਹੈ ਇੱਕ ਬੋਝ ਹੈ ਮਨ ਦੇ ਉੱਤੇ ਅਸੀਂ ਅੱਛਾ ਫੀਲ ਨਹੀਂ ਕਰਦੇ ਜਦੋਂ ਪੇਸ਼ੈਂਟ ਸਾਡੇ ਕੋਲ ਆਂਦੇ ਨੇ ਔਰ ਉਹਨਾਂ ਦੀ ਐਡਵਾਂਸ ਸਟੇਜ ਆਫ ਹਾਰਟ ਬਲੱਡ ਹਾਰਟ ਡਿਜ਼ੀਜ਼ ਹੁੰਦੀ ਹੈ ਬਲੱਡ ਪ੍ਰੈਸ਼ਰ ਬਹੁਤ ਜ਼ਿਆਦਾ ਹੁੰਦਾ ਹੈ ਜਿੱਥੇ 1 2 3 4 4 ਗੋਲੀਆਂ ਉਹ ਰੋਜ਼ੀਆਂ ਖਾ ਰਹੇ ਆ ਔਰ ਅਗਰ ਕੋਮੋਰਬਿਡਿਟੀਜ਼ ਜ਼ਿਆਦਾ ਹੋਣ ਯਾਨੀ ਕਿ ਬਿਮਾਰੀਆਂ ਜਿਹੜੀਆਂ ਲਾਈਫਸਟਾਈਲ ਦੀਆਂ ਐਨਸੀਡੀਜ਼ ਜਿਹਨਾਂ ਨੂੰ ਅਸੀਂ ਕਹਿੰਨੇ ਆ ਨਾਨ ਕਮਿਊਨੀਕੇਬਲ ਡਿਜ਼ੀਜ਼ਸ ਯਾਨੀ ਕਿ ਉਹ ਬਿਮਾਰੀਆਂ ਜਿਹੜੀਆਂ ਕਿ ਲਾਈਫਸਟਾਈਲ ਜਨਰੇਟਿਡ ਨੇ ਜਿੱਦਾਂ ਕਿ ਬਲੱਡ ਪ੍ਰੈਸ਼ਰ ਹੈ ਜਿੱਦਾਂ ਕਿ ਕਿਡਨੀ ਫੇਲਿਅਰ ਹੈ ਜਿੱਦਾਂ ਕਿ ਹਾਰਟ ਡਿਜ਼ੀਜ਼ ਹੈ ਜਿੱਦਾਂ ਕਿ ਡਾਇਬੀਟੀਜ਼ ਹੈ ਜਦੋਂ ਇਹ 5 7 10 ਸਾਲ ਪੁਰਾਨੀਆਂ ਹੋ ਜਾਂਦੀਆਂ ਤੇ ਇਹ ਸਾਰੀਆਂ ਦਾ ਇੱਕ ਗਰੁੱਪ ਬਣ ਜਾਂਦਾ ਜਿਨਾਂ ਨੂੰ ਅਸੀਂ ਐਨਸੀਡੀਜ਼ ਕਹਿੰਨੇ ਆ ਜਿਹਦੇ ਕਰਕੇ ਇੱਕ ਪੇਸ਼ੈਂਟ ਦੀ ਤੁਸੀਂ ਇੱਕ ਪ੍ਰਿਸਕ੍ਰਿਪਸ਼ਨ ਚੱਕੋ ਇੱਕ ਪਰਚੀ ਜਿਹੜੀ ਡਾਕਟਰ ਸਾਹਿਬ ਉਹਨਾਂ ਨੂੰ ਲਿਖ ਕੇ ਦਿੰਦੇ ਹੈ ਆਮ ਤੌਰ ਤੇ 6 ਤੋਂ 10 ਡਰੱਗਸ ਉਸ ਲਿਸਟ ਤੇ ਲਿਖੀਆਂ ਹੁੰਦੀਆਂ ਨੇ ਸੋ ਇੱਕ ਪਿਲ ਲੋਡ ਹੈ ਪਿਲ ਲੋਡ ਮੀਨਸ ਦਵਾਈ ਖਾਣ ਦਾ ਇੱਕ ਲੋਡ ਇੱਕ ਬੋਝ 8 ਵਜੇ ਇਹਦਾ ਟਾਈਮ ਹੈ 4 ਵਜੇ ਉਹਦਾ ਟਾਈਮ ਹੈ 2 ਵਜੇ ਇਹਦਾ ਟਾਈਮ ਹੈ ਇਹਨੂੰ ਖਾਣੇ ਤੋਂ ਪਹਿਲਾਂ ਖਾਣਾ ਸੀ ਇਹਨੂੰ ਖਾਣੇ ਤੋਂ ਬਾਅਦ ਖਾਣਾ ਸੀ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਬਚ ਸਕਦੇ ਹਾਂ ਇਹਨਾਂ ਨੂੰ ਐਟਲੀਸਟ ਅਸੀਂ ਮਿਨੀਮਾਈਜ਼ ਕਰਨ ਦੀ ਕੋਸ਼ਿਸ਼ ਕਰੀਏ ਕਟੋਕਟ ਸਾਨੂੰ ਖਾਨੀਆਂ ਪੈਣ ਉਹਦੇ ਲਈ ਸਾਨੂੰ ਸਹੀ ਟਾਈਮ ਤੇ ਸਹੀ ਬਚਾਅ ਕਰਨਾ ਹੋਏਗਾ ਔਰ ਉਸ ਬਚਾਅ ਦੀ ਹੀ ਵਿਦਿਆ ਉਸ ਬਚਾਅ ਦੀ ਹੀ ਸਾਇੰਸ ਨੂੰ ਅਸੀਂ ਲੈ ਕੇ ਤੁਹਾਡੇ ਕੋਲ ਆਨੇ ਆ ਔਰ ਬੜੀ ਅੱਛੀ ਮਨਸ਼ਾ ਦੇ ਨਾਲ ਬੜੀ ਅੱਛੀ ਇੰਟੈਂਸ਼ਨਸ ਦੇ ਨਾਲ ਤੁਹਾਡੇ ਸਾਹਮਣੇ ਪੇਸ਼ ਕਰਦੇ ਹਾਂ ਕੁਝ ਐਵੀਡੈਂਸ ਬੇਸਡ ਸਾਇੰਟਿਫਿਕ ਡਾਟਾ ਔਰ ਅੱਜ ਅਸੀਂ ਗੱਲ ਕਰਨ ਲੱਗੇ ਹਾਂ 4th ਪੁਆਇੰਟ ਇਨ ਦ ਸੀਰੀਜ਼ ਆਫ ਪ੍ਰੀਵੈਂਸ਼ਨ ਆਫ ਹਾਰਟ ਡਿਜ਼ੀਜ਼ ਨੇਚਰਲੀ ਐਂਡ ਥੈਟ ਇਜ਼ वाइटामिन बी ट्वेल्व यानी कि कोबेलामीन दोस्तों वाइटामिन बी कॉम्प्लेक्स बहुत ही सिंपल बहुत ही कॉमन ग्रुप है वाटर के विच ए आंदा है और लोग ਆਮ ਤੌਰ ਤੇ ਬੀ ਕੰਪਲੈਕਸ ਦੇ ਕੈਪਸੂਲਸ ਆਮ ਤੌਰ ਤੇ ਖਾਂਦੇ ਨੇ ਵੀਕਨੈਸ ਤੋਂ ਦੂਰ ਰਹਿਣ ਦੇ ਲਈ ਜਾਂ ਕੁਝ ਲੋਕਾਂ ਨੂੰ ਬਹੁਤ ਵੱਡਾ ਇੱਕ ਵਹਿਮ ਹੈ ਕਿ ਮੈਂ ਆਲਕੋਹਲ ਦੀ ਕੰਜ਼ਮਪਸ਼ਨ ਕਰਦਾ ਤਾਂ ਮੈਂ ਅਗਲੇ ਦਿਨ ਸਵੇਰੇ ਕੇ ਬੀ ਕੋਸੂਲ ਖਾ ਲੈਣਾ ਡਾਕਟਰ ਸਾਹਿਬ ਉਹ ਮੈਨੂੰ ਬਹੁਤ ਚੰਗਾ ਰਹਿੰਦਾ ਹੈ ਜਦਕਿ ਬੀ ਕੰਪਲੈਕਸ ਇਜ਼ ਅ ਕਾਈਂਡ ਆਫ ਏਨ એનર્ਜੀ ਗਿਵਿੰਗ એનર્ਜੀ ਪ੍ਰੋਡਕਸ਼ਨ ਦੇ ਵਿੱਚ ਹੈਲਪ ਕਰਨ ਵਾਲਾ ਇੱਕ ਬੀ ਕੰਪਲੈਕਸ ਵਿਟਾਮਿਨ ਦਾ ਦੀ ਫੈਮਿਲੀ ਹੈ ਜਿਹਦੇ ਵਿੱਚ ਬੀ 12 ਪਰਟਿਕੁਲਰਲੀ ਇਟ ਹੈਲਪਸ ਅਸ ਇਨ ਰਿਡਿਊਸਿੰਗ ਹੋਮੋਸਿਸਟीन ਹੋਮੋਸਿਸਟीन ਇੱਕ ਬਾਇਓ ਮਾਰਕਰ ਹੈ ਇੱਕ ਬਾਇਓਲੋਜੀਕਲ ਮਾਰਕਰ ਹੈ ਜਿਹੜਾ ਕਿ ਰਿਲੇਟ ਕੀਤਾ ਗਿਆ ਹੈ ਇੰਟਰਨਲ ਇਨਫਲੇਮੇਸ਼ਨ ਦੇ ਨਾਲ ਇਨਫਲੇਮੇਸ਼ਨ ਯਾਨੀ ਕਿ ਸੋਜਾ ਖਾਸ ਤੌਰ ਤੇ ਉਹ ਸੋਜਾ ਜਿਹੜਾ ਕਿ ਬਲੱਡ ਵੈਸਲਸ ਜਾਂ ਖੂਨ ਦੀਆਂ ਨਾਲੀਆਂ ਜਿਹੜਾ ਕਿ ਬਲੱਡ ਲੈ ਕੇ ਜਾ ਰਹੀਆਂ ਨੇ ਹਾਰਟ ਦੇ ਮਸਲ ਤੱਕ ਜਿਹੜਾ ਹਾਰਟ ਦਾ ਮਸਲ ਸਾਡੇ ਲਈ ਬੀਟ ਕਰਦਿਆਂ ਹੋਇਆ ਸਾਡੀ ਹਾਰਟਬੀਟ ਨੂੰ ਬਰਕਰਾਰ ਰੱਖਦਾ ਹੈ ਜਿਹਦੇ ਕਰਕੇ ਕਿ ਸਾਡੀ ਬਲੱਡ ਦੀ ਸਪਲਾਈ ਇੱਕ ਇੱਕ ਸੈੱਲ ਤੱਕ ਪਹੁੰਚਦੀ ਹੈ ਸ਼ਰੀਰ ਦੇ ਵਿੱਚ ਜਿਹਦੇ ਕਰਕੇ ਸਾਡਾ ਜੀਵਨ ਚੱਲਦਾ ਹੈ ਸੋ ਇਸ ਬਲੱਡ ਸਪਲਾਈ ਨੂੰ ਬਰਕਰਾਰ ਰੱਖਣ ਲਈ ਹਾਰਟ ਨੂੰ ਆਪਣੀ ਖੁਰਾਕ ਚਾਹੀਦੀ ਹੁੰਦੀ ਹੈ ਜਿਹੜੀ ਕੋਰਨਰੀ ਆਰਟਰੀਜ਼ ਯਾਨੀ ਕਿ ਦਿਲ ਦੀਆਂ ਨਾਲੀਆਂ ਦੇ ਜ਼ਰੀਏ ਹਾਰਟ ਦੇ ਮਸਲ ਨੂੰ ਪਹੁੰਚਦੀ ਹੈ ਜਦੋਂ ਅਸੀਂ ਇਨਫਲੇਮੇਸ਼ਨ ਨੂੰ ਘਟਾ ਸਕਦੇ ਹਾਂ ਰਿਡਿਊਸ ਕਰ ਸਕਦੇ ਹਾਂ ਜਾਂ ਫਿਰ ਇਨਫਲੇਮੇਸ਼ਨ ਨੂੰ ਪ੍ਰੀਵੈਂਟ ਕਰ ਸਕਦੇ ਹਾਂ ਤਾਂ ਉਹ ਪੋਸੀਬਲ ਹੈ ਥਰੂ ਅ ਗੁੱਡ ਸਪਲਾਈ ਆਫ ਫੋਲਿਕ ਐਸਿਡ ਫੋਲਿਕ ਐਸਿਡ ਐਂਡ ਫੋਲੇਟ ਜਿਹਨੂੰ ਅਸੀਂ ਕਹਿੰਨੇ ਆ ਐਂਡ ਵਿਟਾਮਿਨ ਬੀ 12 ਜਿਹਨੂੰ ਅਸੀਂ ਕੋਬੈਲਾਮਿਨ ਕਹਿੰਨੇ ਆ ਸੋ ਇਹ ਸਾਰੇ ਇਹ ਦੋ ਤੱਤ ਜਿਹੜੇ ਨੇ ਇਹ ਸਾਨੂੰ ਵੈਜੀਟੇਬਲਸ ਬੀ 12 ਜਿਹੜਾ ਹੈ ਅਨਫੋਰਚਨਟਲੀ ਵੈਜੀਟੇਰੀਅਨ ਡਾਈਟ ਦੇ ਵਿੱਚ ਨਹੀਂ ਮਿਲਦਾ ਨਾਨ ਵੈਜੀਟੇਰੀਅਨ ਡਾਈਟ ਦੇ ਵਿੱਚ ਮਿਲਦਾ ਜਾਂ ਤੁਸੀਂ ਸਪਲੀਮੈਂਟ ਦੇ ਰੂਪ ਦੇ ਵਿੱਚ ਲੈ ਸਕਦੇ ਹੋ ਫੋਲੇਟ ਜਿਹੜਾ ਹੈ ਉਹ ਤੁਹਾਨੂੰ ਗ੍ਰੀਨ ਲੀਫੀ ਵੈਜੀਟੇਬਲਸ ਯਾਨੀ ਸਪਿਨਚ ਜਿਨੂੰ ਤੁਸੀਂ ਪਾਲਕ ਕਹਿੰਨੇ ਹਾਂ ਮੇਥੀ ਤਨੀਆ ਇਹੋ ਜੀਆਂ ਸਾਰੀਆਂ ਗ੍ਰੀਨ ਵੈਜੀਟੇਬਲਸ ਵਿੱਚ ਕੈਬੇਜ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਦੇ ਵਿੱਚ ਮਿਲਦਾ ਹੈ ਜ ਜਦੀ ਸਪਲਾਈ ਤੁਸੀਂ ਐਡਕੁਏਟ ਰੱਖ ਕੇ ਆਪਣਾ ਬਚਾਅ ਕਰ ਸਕਦੇ ਹੋ